ਕਰਦੇ ਹਾਂ ਹਰਬਾਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਰੀਬ 2100 SOCAD ਸਕੂਲਾਂ ਦੀ ਹੋਂਦ ਨੂੰ ਪੱਕਾ ਕਰਨਾ ਬਹੁਤ ਹੀ ਜ਼ਰੂਰੀ ਹੋ ਚੁੱਕਾ ਹੈ। ਇਸ ਮੌਕੇ ਤੇ ਸਤੀਸ਼ ਭਨੋਟ, ਰਜੀਵ ਭਾਟੀਆ, ਜਤਿੰਦਰ ਸ਼ਰਮਾ ਆਦਿ ਮੌਜੂਦ ਸਨ। ਸਾਡੇ ਅੱਜ ਤੋਂ ਸਭ ਤੋਂ ਵੱਡੀ ਮੰਗ ਇਹ ਹੈ ਜੀ, ਜਿਹੜੇ ਕਿ ਪੰਜਾਬ ਰਾਜ ਦੇ ਵਿੱਚ ਚੱਲ ਰਹੇ ਐਸੋਸੀਏਟਡ ਸਕੂਲ ਹਨ ਜਿਨ੍ਹਾਂ ਦੀ ਗਿਣਤੀ 2001 ਹੈ, ਇਹਨਾਂ ਸਕੂਲਾਂ ਨੂੰ ਜਿਹੜਾ ਹੈ ਬਣਦਾ ਦਰਜਾ ਦੇ ਕੇ ਐਸੋਸੀਏਟਡ ਵਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਨਵਾਂ ਬਣਾ ਕੇ ਇਹਨਾਂ ਨੂੰ ਪੂਰਨ ਰੂਪ ਦੇ ਵਿੱਚ ਪੱਕੀ ਜਿਹੜੀ ਹੈ ਐਸੋਸੀਏਸ਼ਨ ਦਿੱਤੀ ਜਾਵੇ, ਜਿਸ ਨਾਲ ਇਹਨਾਂ ਦਾ ਹਰ ਸਮੇਂ ਹਰ ਸਾਲ ਜਿਹੜਾ ਲਟਕਦੀ ਤਲਵਾਰ ਹੈ ਉਸਨੂੰ ਹਟਾਇਆ ਜਾ ਸਕੇ ਔਰ ਇਹ ਸਕੂਲ ਜਿਹੜੇ ਆਪਣੇ ਫਰਾਕ ਦਿਲੀ ਦਾ ਨਾਲ ਕੰਮ ਕਰ ਸਕਣ, ਖੁੱਲ੍ਹ ਕੇ ਕੰਮ ਕਰ ਸਕਣ, ਜਿਸ ਦੇ ਨਾਲ ਇਸ ਪੰਜਾਬ ਦੇ ਵਿੱਚ ਸਾਖਰਤਾ ਦੇ ਵਿੱਚ ਆਪਣੇ ਮੁਹਿੰਮ ਦੇ ਵਿੱਚ ਪੂਰਨ ਰੂਪ ਦੇ ਵਿੱਚ ਹਿੱਸਾ ਪਾ ਸਕਣ ਔਰ ਪਾ ਰਹੇ ਆ ਔਰ ਇੰਨਾ ਵਧੀਆ ਹਿੱਸਾ ਪਾ ਰਹੇ ਆ ਕਿ ਜਿਹੜੇ ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ ਨਤੀਜੇ ਆ ਉਹਨਾਂ ਤੋਂ ਅਸੀਂ ਇਹ ਜਾਣਕਾਰੀ ਲੈ ਕੇ ਦੱਸ ਸਕਦੇ ਹਾਂ ਕਿ 12ਵੀਂ ਜਮਾਤ ਦੇ ਜਿਹੜੇ ਨਤੀਜੇ ਆਏ ਸੀ ਉਹਨਾਂ ਦੇ ਇਹਨਾਂ ਦੇ 68% ਆਏ ਸੀਗੇ ਔਰ ਜਿਹੜੇ ਦੂਸਰੇ 10ਵੀਂ ਜਮਾਤ ਦੇ ਨਤੀਜੇ ਆਏ ਆ ਉਹ ਵੀ ਲਗਭਗ 64% ਪੁਆਇੰਟ ਸਮਥਿੰਗ ਹਨ। ਅਤੇ ਇਸ ਕਰਕੇ ਇਹਨਾਂ ਨਤੀਜਿਆਂ ਨੂੰ ਵੇਖਦਿਆਂ ਹੋਇਆਂ ਇਹਨਾਂ ਦੀ ਸਿੱਖਿਆ ਜਿਹੜੀ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਦੀ ਦਿੱਤੀ ਜਾ ਰਹੀ ਆ ਔਰ ਨਕਲ ਰਹਿਤ ਪ੍ਰੀਖਿਆ ਦੀ ਉਹਨਾਂ ਦੇ ਅੰਦਰ ਭਾਵਨਾ ਪੈਦਾ ਕੀਤੀ ਜਾ ਰਹੀ ਹੈ ਔਰ ਇਹ ਇਹਨਾਂ ਦਾ ਸਾਥ ਦਿੱਤਾ ਜਾਵੇ। ਸਰਕਾਰ ਇਹਨਾਂ ਨੂੰ ਚੱਲਦੇ ਰੱਖਣ ਦੇ ਲਈ ਹਰ ਜਿਹੜਾ ਯਤਨ ਕਰੇ ਔਰ ਇਹਨਾਂ ਨੂੰ ਨਾ ਕਿ ਬੰਦ ਕਰਨ ਦੇ ਵੱਲ ਸੋਚਿਆ ਜਾਵੇ ਬਲਕਿ ਇਹਨਾਂ ਨੂੰ ਚਲਾਉਣ ਦੇ ਵੱਲ ਸਰਕਾਰ ਨੂੰ ਸੋਚਣਾ ਚਾਹੀਦਾ।